ਤੁਸੀਂ ਕੋਲ ਨਹੀਂ ਜਾਂਦੇ ਹੋ ਆਪਾਂ ਕੋਈ ਚੋਰੀ ਕਰ ਲੱਗੇ ਆਪਾਂ ਨੋਟ ਹੈ ਨੰਬਰ ਹੈ ਨੰਬਰ ਹੈਗੇ ਬਾਈ ਕੋਲ ਫੜਾ ਨੰਬਰ ਮਿਲਾ ਲਓ ਬਾਈ ਨੰਬਰ ਮਿਲਾ ਲਓ ਇੱਕ ਨੰਬਰ ਮਿਲਾ ਲਓ ਇੱਕ ਮਿੰਟ ਆ ਨੰਬਰ ਮਿਲਾਓ ਜੀ ਮੈਂ ਕਹਿੰਦਾ ਵੀ 10 15000 ਦਾ ਕੰਮ ਹੈ ਇਹਨਾਂ ਕੇ ਗੱਲ ਹੋਈ ਕਹਿੰਦਾ ਵੀ ਦਫ਼ਤਰ ਆ ਜਾ ਚਲੋ ਮੈਂ ਆ ਗਿਆ ਉਹਦੀ ਉੱਪਰ ਖੜਾ ਕੇ ਆਇਆ ਮੈਂ ਮਹਾ ਭਈਆ ਚੱਕੋ ਜੀ 1500 ਰੁਪਿਆ ਕਹਿੰਦਾ ਵੀ ਇਹਦੇ ਕੁਝ ਨਹੀਂ ਬਣਦਾ ਘੱਟੋ ਘੱਟ 5000 ਪਹਿਲਾਂ 5000 ਲਿਆ ਕੇ ਦੇ ਗਿਆ ਝੂਠ ਬੋਲਦਾ ਪਹਿਲਾਂ ਲਾਈਨਮੈਨ ਦਾ ਫੋਨ ਆਇਆ ਮੇਰੇ ਕੋਲ ਲਾਈਨਮੈਨ ਦਾ ਫਿਰ ਇਹਦਾ ਜਦ ਤੂੰ ਕਹਿੰਦਾ ਨਾ ਮਸ਼ੀਨ ਵਾਲੇ ਚਾਕੜ ਵਾਉਦਾ ਮੇਰੇ ਕੋਲੇ ਗੱਲ ਹੋਈ ਸੀ ਮੈਂ ਉਹਨੂੰ ਇੰਨੀ ਗੱਲ ਕਹੀ ਸੀ ਮਹਾ ਬਾਈ ਜੀ ਕੋਈ ਗੱਲ ਨਹੀਂ ਤਾਰ ਟੁੱਟ ਗਈ ਕਰਾ ਲੈਂਦੇ ਮਹਾ ਬੰਦੇ ਵੱਜ ਗਏ ਸਾਡੇ ਮਸ਼ੀਨ ਵਾਲੇ ਕੋਈ ਨਾਮ ਨਾ ਕੱਢੋ ਨੰਬਰ ਕੱਢੋ ਫਿਰ ਕੋਈ ਇਸ਼ੂ ਨਹੀਂ ਸਰ ਆਪਾਂ ਸਾਰੇ ਮੈਂ ਸਰ ਬਾਈ ਨੇ ਬੇਟੇ ਤੂੰ ਕੱਢ ਕੇ ਫੜਾ ਦੇ ਕੱਪ ਤੋਂ ਫੜਾ ਦੇ नहीं तो पूरा हटिया है जी ये तो पूरा है हाँ जी तुम कौन नहीं जाने हो अपन को चोरी कर लगे नोट है नंबर है बाइक को फड़ा नंबर मिला लो भाई नंबर मिला लो एक नंबर मिला लो एक मिनट आ नंबर मिलाओ जी मिलाओ 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 हुणे मिलाओ ये पंजाब दी वाले बख्शण वाला कोई रौला नहीं पहला नंबर है जी 047 चलो तुसी दसो केड़ा पहला नंबर 5627 वाला है ना अगली सीधी आलो आज ठीक है जी हो गया जी पहला दूजा कड्डो जी सर एक दिस एडवांटेज मोर देन इनफ हां नहीं नहीं चलो कोई नहीं करो अगला करा 28 आ लो 28 वाला आ गया ठीक है जी और दोबारा आओ जी 31 वाला आ लो ये 31 वाला आ गया ठीक है जी आगे कर दो 32 वाला 32 वाला आ गया ओके जी 33 वाला लोग बता दो तो नेड़े कोई ये 26 वाला आ गया अगला 36 वाला ਜਿਹੜਾ ਜਾਵੇ ਫੜ ਲਾ ਤੇ ਪੈਸੇ ਨੂੰ ਫੋਨ ਬਾਅਦ ਚ ਸੁਣ ਲਿਓ ਹਾਂ ਤੇ ਭਜੂਗਾ ਕੋਲ ਉਹਦੇ ਭਾਜੇ ਨੂੰ ਫੜ ਲਾ ਲੰਬੇ ਡਾਉਣ ਹੋ ਜਾ ਬੇਟਾ ਨਹੀਂ ਪੁੱਛਦੇ ਲੈ ਚੱਲ ਗੱਡੀ ਜਾ ਉਹ ਫੜ ਮਾੜੀ ਮੋਟੀ ਯਾਰ ਬਾਈ ਮੋੜੋ ਗੱਡੀਆਂ ਟੋਲ ਵੀਰ ਕੋਈ ਨਹੀਂ ਬਾਪੂ ਜੀ ਰੋ ਪਾਣੀ ਦੇ ਦੇ ਪੁੱਤ ਪਾਣੀ ਦੇ ਦੇ ਇੱਧਰ ਦੇ ਟੋਲ ਮੋੜ ਗੱਡੀ ਚਾਬੀ ਦੇ ਕੱਲੇ ਮੁੰਡੇ ਆ ਕੇ ਨੁਕਸਾਨ ਭਰ ਸਕਦੇ ਅਸੀਂ ਸਾਨੂੰ ਆਪਣੀ ਪੈ ਗਈ ਤਾਂ ਮੈਨੂੰ 1 ਘੰਟੇ 7 ਫੋਨ ਕਰ ਲਏ ਦਿਖਾਵਾਂ ਮੈਂ ਸਗਾ ਹਲੇ ਉਰੇ ਆ ਕੇ ਮੋਟਰਾਂ ਨਹੀਂ ਖੜਾ ਤਾਂ ਫੇਰ ਜਦੇ ਫੋਨ ਹਲੇ ਪਸੀ ਅੱਡੇ 'ਚ ਤਾਂ ਮੈਂ ਇਹਨਾਂ ਕੋਲ ਗਿਆ ਬਤਾ ਇਹਨਾਂ ਨਹੀਂ ਕਰੇ ਤੇ ਇਹਨੇ ਕੋਲ ਗਿਆ ਜੇ ਤੂੰ ਕਾਲ ਕਰਿਆ ਤੂੰ ਕਹਿ ਰਿਹਾ ਮੈਂ ਬੰਦੇ ਪਹੁੰਚੇ ਨਹੀਂ ਉਹ ਕਹਿੰਦਾ ਮੈਂ ਆ ਰਿਹਾ ਪੈਸੇ ਲੈ ਕੇ ਵੀਡੀਓ 'ਚ ਹੁਣ ਕਿਹੜਾ ਕਰੇ ਗਿਆ ਉਹ ਇਹਨੇ ਮੈਨੂੰ ਫੋਨ ਕਰਿਆ ਮੁੰਡੇ ਨੇ ਕਹਿੰਦਾ ਡੈਡੀ ਪੈਸੇ ਮਾਂ ਪੈਸੇ ਦਾ ਜਿਹੜਾ 1500 ਦਾ ਤੈਨੂੰ ਉਹੀ ਦੇ ਦਿੱਤਾ ਘਰਾਂ ਦਾ ਇੱਕ ਵੀ ਜਵਾਨੀ ਨਹੀਂ ਆਉਂਦੀ ਪਾਣੀ ਹੋ ਰਿਹਾ ਕਹਿੰਦਾ ਬਈ ਜਾ ਲੈ ਲਈਏ ਵਧਾ ਲੈਣੇ ਮੰਗਾ ਲੈ ਲਈਏ ਵਧਾ ਲਾ ਤਾਂ ਹੁਣ ਏਟੀਐਮ ਤੋਂ ਪੈਸੇ ਲੈ ਕੇ ਕਢਾਈ ਜੀ ਇਹ ਜੀ ਨੇ ਇੱਥੇ ਸਾਡੇ ਲਈ ਬੜੇ ਸ਼ਰਮਨਾਕ ਲੋਕਾਂ ਦੀ ਜਾਨ ਲੈ ਇੱਕ ਬੰਦੇ ਨੇ ਇੱਕ ਦੇ ਵਿਚਾਰੇ ਤੇ ਲਾ ਲਈ ਦੂਜੇ ਦੇ ਕਨੈਕਸ਼ਨ ਲਾ ਰਹੇ ਹੈ ਕੰਮ ਕਰ ਕੋਈ ਗੰਦ ਪਾ ਰੱਖਿਆ ਤੁਸੀਂ ਲੋਕਾਂ ਨੇ तेरी उम्र मसा नौकरियां मिलती हैं साढ़े वर्गे साले मर रहे हैं मैं पैसे तू पैसे तो ले ले मार के लिया के पैसे इन्होंने दे दिए जमींदार मरन खड़ा यार बेचारा कणक नहीं हुई झाड़ कट्टा इन्होंने शर्म लाई 50,000 की तनख्वाह ਯਾਦ ਭਰਾਈ ਜੀ ਸਾਡਾ ਘਾਟਾ ਡਕਾਉਣ ਤੋਂ ਕਾਸ਼ ਨਹੀਂ ਹੋਈ ਸਾਡੀ ਸਾਰੀ ਅੱਜ ਦੀ 50,000 ਨੂੰ ਠੇਕੇ ਨੂੰ ਲੱਟੇ ਨਹੀਂ ਜ਼ਮੀਨ ਕੋਈ ਹੋਇਆ ਕਿਆ ਪ੍ਰੋਬਲਮ ਇਹਨਾਂ ਨੇ ਮੈਨੂੰ ਮਸ਼ੀਨ ਆਉਂਦੀ ਸੀ ਜੀ ਸਾਡੀ ਰੋਡ ਪਰ ਕਣਕ ਵੱਢ ਕੇ ਰੋਡ ਪਰ ਤਾਰਾਂ ਢਿੱਲੀਆਂ ਦੀਆਂ ਉਹ ਤਾਰ ਟੁੱਟ ਗਈ ਮਸ਼ੀਨ ਤੇ ਇਹ ਕਹਿੰਦੇ ਕਾਰਵਾਈ ਕਰੂਗਾ ਮੁੰਡਾ ਭੇਜਿਆ ਮੈਂ ਤਾਂ ਫੋਨ ਆਇਆ ਜੀ ਮੇਰੇ ਕੋਲ ਮੈਂ ਇਹਨਾਂ ਨੂੰ ਫੋਨ ਕਰਿਆ ਕਹਿੰਦਾ ਦਫ਼ਤਰ ਆ ਜਾ ਕਹਿੰਦਾ 10 ਮੰਗ ਰਿਹਾ ਤਾਂ ਕਹਿੰਦਾ ਦਫ਼ਤਰ ਆ ਜਾ ਲਾਈਨਮੈਨ ਕਹਿੰਦਾ ਵੀ 10 15000 ਦਾ ਕੰਮ ਹੈ ਇਹਨਾਂ ਕੇ ਗੱਲ ਹੋਈ ਕਹਿੰਦਾ ਵੀ ਦਫ਼ਤਰ ਆ ਜਾ ਚਲੋ ਮੈਂ ਆ ਗਿਆ ਉਹਦੀ ਉੱਪਰ ਖੜਾ ਕੇ ਆਇਆ ਮੈਂ ਮਹਾ ਭਈਆ ਚੱਕੋ ਜੀ 1500 ਰੁਪਿਆ ਕਹਿੰਦਾ ਵੀ ਇਹਦੇ ਕੋਲ ਕੁਝ ਨਹੀਂ ਬਣਦਾ ਘੱਟੋ ਘੱਟ 5000 ਕਹਿੰਦਾ 5000 ਲਿਆ ਕੇ ਦੇ ਗਿਆ ਮੈਂ ਮਹਾ ਭਈਆ ਗੱਲ ਕਰ ਲੈ ਕੌਮੀ ਵੀਰ ਤੇ ਮੈਂ ਗੱਲ ਕਰ ਰਿਹਾ ਨਾ ਗੱਲ ਨਹੀਂ ਕਰੀ ਹੈਗੀ ਹੁਣ ਮੈਂ ਪੈਸੇ ਲੈ ਕੇ ਆਇਆ ਜਾ ਕੇ ਮੇਰਾ ਨਾਮ ਸਤਨਾਮ ਸਿੰਘ ਹੈ ਜੀ ਪਾਸੀ ਪਿੰਡ ਸਜਾਦਪੁਰ ਜੀ ਤੇ ਜੋ ਅੱਜ ਘਟਨਾ ਹੋਈ ਹੈ ਜੀ ਕਮੈਨ ਆ ਰਹੀ ਸੀ ਸਾਡੀ ਸੜਕ ਤੇ ਕੁਦਰਤੀ ਅਚਾਨਕ ਅੱਗੇ ਵੀ ਮਸ਼ੀਨ ਉੱਥੇ ਲੰਘਦੀ ਹੈ ਜੀ ਤਾਰ ਟੁੱਟ ਗਈ ਮਸ਼ੀਨ ਗਲ ਤੇ ਲਾਈਟ ਚੱਲ ਰਹੀ ਸੀ। ਸਾਡੇ ਬੰਦੇ ਜੋ ਵੀ ਮੌਕੇ ਤੇ ਬਚ ਗਏ, ਮਸ਼ੀਨ ਨੂੰ ਥੋੜੀ ਅੱਗ ਵੀ ਲੱਗੀ ਮੂਲੀ। ਚਲੋ ਅੱਗ ਲੱਗਣ ਦੇ ਕਾਰਨ ਉਹ ਤੋਂ ਬਾਅਦ ਅਸੀਂ ਸਾਡੇ ਕੋਲ ਫੋਨ ਆਇਆ ਜੀ ਲਾਈਨਮੈਨ ਦਾ ਆਨੰਦਪੁਰ ਕਲੋੜ ਤੋਂ। ਉਹਨਾਂ ਕੋਲ ਅਸੀਂ ਗੱਲਬਾਤ ਕਰੀ, ਉਹਨਾਂ ਨੇ ਸਾਨੂੰ 35 ਕਹਿੰਦੇ ਤੁਹਾਡੇ ਤੇ ਕਾਰਵਾਈ ਹੋਊਗੀ। ਚਲੋ ਮੈਂ ਜੇਈ ਸਾਹਿਬ ਕੋਲ ਗੱਲ ਕਰੀਏ, ਕਹਿੰਦੇ ਵੀ ਦਫ਼ਤਰ ਆ ਜਾਓ। ਚਲੋ ਮੈਂ ਦਫ਼ਤਰ ਆਇਆ, ਜੇਈ ਸਾਹਿਬ ਕਹਿੰਦੇ ਵੀ ਤੁਹਾਡੀ ਦੀ ਮਸ਼ੀਨ, ਮੈਂ ਕਿਹਾ ਵੀ ਮੇਰੀ ਦੀ। ਚਲੋ ਗੱਲਬਾਤ ਕਰਦੇ ਕਰਾਉਂਦੇ ਜੀ ਕਹਿੰਦੇ ਵੀ ਦੱਸੋ ਕਿਸ ਤਰ੍ਹਾਂ ਕਰਨਾ ਹੈ। ਮੈਂ ਕਿਹਾ ਜੀ ਤੁਸੀਂ ਦੱਸ ਦਿਓ। ਕਹਿੰਦੇ ਵੀ 15000 ਰੁਪਏ ਲੱਗੂਗਾ। ਕੀ ਨਾਮ ਹੈ ਜੇਈ ਦਾ? ਜੇਈ ਦਾ ਦੀਪ ਹੈ ਜੀ। ਤੇ ਉਹ ਤੋਂ ਬਾਅਦ ਦੇ ਵਿੱਚ ਜੀ ਫਿਰ ਕਰਦੇ ਕਰਾਉਂਦੇ ਜੀ 10000 ਤੇ ਆ ਗਿਆ, 10 ਤੋਂ 5 ਪਰ ਆ ਗਿਆ। ਮੈਨੂੰ ਮੈਂ ਫੋਨ ਤੇ ਗੱਲ ਕਰਾਉਣ ਲੱਗਿਆ ਤਾਂ MLA ਸਾਹਿਬ ਦੀ, ਫਿਰ ਮੈਨੂੰ ਕਹਿੰਦਾ ਵੀ ਫੋਨ ਮੇਜ਼ ਤੇ ਰੱਖ ਦੇ, ਕਹਿੰਦਾ ਮੈਂ ਗੱਲ ਨਹੀਂ ਕਰਨੀ। ਚਲੋ ਨਾ ਗੱਲ ਕਰੀ, ਮੈਂ MLA ਸਾਹਿਬ ਕੋਲ ਗੱਲ ਕਰੀ, ਇਹਨਾਂ ਨੇ ਮੌਕੇ ਤੇ ਜਦੇ ਐਕਸ਼ਨ ਲਿਆ। ਜਦੇ ਇਹ ਪਹੁੰਚ ਗਏ ਮੇਰੇ ਕੋਲ ਤੇ ਮੈਂ 5000 ਦੇ ਨੋਟ ਸੀਰੀਅਲ ਨੰਬਰ ਨੋਟ ਕਰਕੇ ਜਦੇ MLA ਸਾਹਿਬ ਉੱਥੇ ਸਾਡੇ ਕੋਲ ਪਹੁੰਚੇ ਜੀ। ਹੁਣ ਕੀ ਕਾਰਵਾਈ ਦੀ ਮੰਗ ਕਰਦੇ? ਕਾਰਵਾਈ ਦੀ ਇਹੀ ਗੱਲ ਮੰਗ ਕਰ ਰਹੇ ਹਾਂ ਜੀ ਵੀ ਜੋ ਇਹ ਰਿਸ਼ਵਤ ਹੈ ਵੀ ਇਹ ਬੰਦ ਹੋਣੀ ਚਾਹੀਦੀ ਹੈ ਜੀ, ਨਜਾਇਜ਼ ਆ। ਜੱਟ ਤਾਂ ਪਹਿਲੀ ਮਰੇ ਪਏ ਜੀ, ਫਸਲਾਂ ਨਿਕਲ ਨਹੀਂ ਰਹੀਆਂ। ਜਿਹੜੇ ਇੱਕ ਮੁਲਾਜ਼ਮ ਜਿਹੜੇ ਇਦਾਂ ਦੀਆਂ ਰਿਸ਼ਵਤਾਂ ਲੈਂਦੇ ਫੜੇ ਜਾਂਦੇ ਨੇ, ਸੋ ਮੈਨੂੰ ਲੱਗਦਾ ਸੀ ਕਿ ਬਹੁਤ ਫਰਕ ਪੈ ਰਿਹਾ, ਪਰ ਜਦੋਂ ਇਦਾਂ ਦੀ ਗੱਲ ਕਰਦੇ ਨੇ ਤੇ ਉਹਦੇ ਲਈ ਬੜਾ ਸਾਨੂੰ ਵੀ ਸ਼ਰਮਨਾਕ ਲੱਗਦਾ ਕਿ ਪੰਜਾਬ ਦੇ ਵਿੱਚ ਹਜੇ ਵੀ ਸੁਧਾਰ ਜਿਹੜਾ ਕਹਿ ਰਹੇ ਆਪਾਂ ਚੱਲ ਰਿਹਾ, ਪਰ ਕੁਝ ਕੁ ਬੰਦੇ ਖਰਾਬੀਆਂ ਕਰਦੇ ਨੇ। CM ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਵੱਲੋਂ ਸਖਤ ਦਿਸ਼ਾ ਨਿਰਦੇਸ਼ ਨੇ ਕਿ ਕਰਪਸ਼ਨ ਨੂੰ ਜਿਹੜੀ ਠੱਲ ਪਾਈ ਜਾਣੀ ਆ। ਇਸ ਦੇ ਤਹਿਤ ਇੱਕ ਕਿਸਾਨ ਸਾਡੇ ਭਰਾ ਨੇ, ਉਹਨਾਂ ਨੇ ਫੋਨ ਕੀਤਾ, ਪਤਾ ਲੱਗਿਆ ਉਹਨਾਂ ਤੋਂ ਕਿ ਉਹਨਾਂ ਦੇ ਖੇਤ ਦੇ ਵਿੱਚ ਤਾਰ ਟੁੱਟ ਗਈ ਸੀ, ਅੱਗ ਲੱਗੀ ਕੰਬਾਈਨ ਨੂੰ। ਉਹਨਾਂ ਨੇ ਜੇਈ ਸਾਹਿਬ ਨਾਲ ਕੰਟੈਕਟ ਕੀਤਾ ਤੇ ਜੇਈ ਸਾਹਿਬ ਨੇ ਦੱਸਿਆ ਕਿ ਭਾਈ ਤੁਹਾਡੇ ਤੇ ਪਰਚਾ ਹੋ। ਕਹਿੰਦਾ ਵੀ ਕਿਹੜੀ ਗੱਲ ਆ ਜੀ ਇੱਦਾਂ ਦਾ। ਉਹ ਫਿਰ ਉਹਨਾਂ ਨੇ ਪੈਸੇ ਦੀ ਮੰਗ ਕੀਤੀ 15000 ਦੀ, ਫਿਰ 10000 ਤੇ ਆ ਗਏ। ਚਲੋ ਉਹ ਕਹਿੰਦੇ ਵੀ MLA ਸਾਹਿਬ ਨਾਲ ਗੱਲ ਕਰ ਲਓ। ਉਹਨਾਂ ਨੇ ਫੋਨ ਫੜ ਕੇ ਜਿਹੜਾ ਸਾਈਡ 'ਤੇ ਰੱਖਤਾ, ਕਹਿੰਦੇ ਵੀ ਨਹੀਂ ਹਾਲਾਤ ਇਹ ਹੋ ਗਏ ਕਿ ਉਹਨੂੰ 5000 ਰੁਪਏ ਜਿਹੜਾ ਉਹ ਦੇਣਾ ਪੈ ਗਿਆ। ਸਾਨੂੰ ਪਤਾ ਲੱਗਿਆ, ਅਸੀਂ ਮੌਕੇ 'ਤੇ ਪਹੁੰਚੇ ਤੇ ਜੇਬ ਦੇ ਵਿੱਚੋਂ ਜਿਹੜੇ ਉਹੀ ਨੋਟ ਸੀਗੇ ਉਹਨਾਂ ਦੀ ਫੋਟੋ ਸਟੇਟ ਕਰਵਾ ਲਈ ਸੀ ਨੋਟਾਂ ਦੀ, ਤੇ ਮੌਕੇ ਦੇ ਉੱਤੇ ਜਿਹੜੀ ਸਾਡੇ ਪੁਲਿਸ ਜਿਹੜੀ ਪ੍ਰਸ਼ਾਸਨ ਆ ਉਹ ਪਹੁੰਚ ਚੁੱਕਿਆ ਸੀਗਾ। ਉਹਨਾਂ ਨੂੰ ਬਰਾਮਦਗੀ ਕਰਵਾਈ ਗਈ ਹੈ ਤੇ ਉਹ ਸਾਰਾ ਕੁਝ ਨਾਲ ਰਿਕਾਰਡ ਕੀਤਾ ਗਿਆ, ਆਪਣਾ ਮੈਚ ਕੀਤਾ ਗਿਆ। ਉਹਦੇ ਉਹ ਦੇਖਿਆ ਗਿਆ ਸਾਰੇ ਨੰਬਰਾਂ, ਨੋਟਾਂ ਦੇ ਨੰਬਰ ਵੀ ਸਾਰਾ ਕੁਝ ਸੀ। ਤੇ ਬੜੀ ਸ਼ਰਮ ਦੀ ਗੱਲ ਆ, ਇੱਕ ਮੁਲਾਜ਼ਮ ਦੇ ਲਈ ਜਿਹਨੂੰ ਤਨਖਾਹ ਵੀ ਮਿਲਦੀ ਹੈ ਸਾਰਾ ਕੁਝ ਹੈ, ਪਰ ਇੱਕ ਆਮ ਲੋਕਾਂ ਦੇ ਤੋਂ ਪੈਸੇ ਲੈਣੋਂ ਨਹੀਂ ਹਟਦੇ। ਪਹਿਲਾਂ ਹੀ ਕਿਸਾਨਾਂ ਦਾ ਬੁਰਾ ਹਾਲ ਹੋਇਆ ਪਿਆ, ਕਣਕ ਦਾ ਤੁਹਾਨੂੰ ਪਤਾ ਝਾੜ ਘੱਟ ਹੈ ਤੇ ਪਹਿਲੇ ਮੰਦੀ ਦੀ ਹਾਲਾਤ ਆ ਬਹੁਤ। ਮੈਨੂੰ ਉਦੋਂ ਦੁੱਖ ਲੱਗੇ, ਬਾਪੂ ਜੀ ਕਹਿੰਦੇ ਵੀ ਮੇਰੀ ਕਮਾਈ ਸੀਗੀ ਇਹ, ਜਦੋਂ ਪਹਿਲਾਂ ਪੈਸੇ ਪੇਮੈਂਟ ਪਈ ਹੋਣੀ ਉਹਨਾਂ ਦੀ ਕਣਕ ਦੀ, ਤੇ ਪਹਿਲੇ ਵਿੱਚੋਂ ਕਢਾ ਕੇ ਰਿਸ਼ਵਤ ਲਈ ਪੈਸੇ ਦੇਣਾ। ਸੋ ਬੜੀ ਮਾੜੀ ਗੱਲ ਸੀ ਜੇਈ ਦੇ ਨੇ। ਉਸ ਜੇਈ ਨੂੰ ਆਪਾਂ ਨੇ ਪੁਲਿਸ ਜਿਹੜੀ ਆ ਉਹਦੀ ਸਹਾਇਤਾ ਦੇ ਨਾਲ ਅੰਦਰ ਕੀਤਾ ਗਿਆ ਤੇ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਆ ਸਖਤ ਤੋਂ ਸਖਤ ਕਾਰਵਾਈ ਜਿਹੜੀ ਉਹਦੇ ਖਿਲਾਫ ਹੋਊਗੀ, ਕਿਉਂਕਿ ਇਹਦੇ 'ਚ CM ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਜਿਹੜੇ ਦਿਸ਼ਾ ਜਿਹੜੇ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਹੋਣੀ ਚਾਹੀਦੀ। ਜੇਈ ਦੇ ਖਿਲਾਫ ਕੋਈ ਪਹਿਲਾਂ ਵੀ ਕੋਈ ਕੰਪਲੇਂਟ ਵਗੈਰਾ ਆਈ ਸੀ? ਕੰਪਲੇਂਟਾਂ ਇੱਦਾਂ ਜੀ ਕਿਤੇ ਜਿੱਥੇ ਮੀਟਰ ਲੱਗਣਾ ਨਹੀਂ ਲੱਗਣਾ, ਥੋੜਾ ਜਿਹਾ ਮੈਨੂੰ ਪਤਾ ਲੱਗਿਆ ਸੀ, ਅੱਜ ਹੀ ਮੈਨੂੰ ਪਤਾ ਲੱਗਿਆ ਸੀ ਕਿ ਇੱਦਾਂ ਕਰ ਰਹੇ ਆ। ਤੇ ਮੇਰੀ ਆਦਤ ਆ ਇੱਕ ਵਾਰੀ ਅਗਲੇ ਨੂੰ ਕਹਿ ਦਈਦਾ ਵੀ ਇੱਦਾਂ ਨਾ ਕਰੋ ਜੀ, ਤੁਸੀਂ ਸਹੀ ਚਲੋ। ਪਰ ਜੇ ਹੁਣ ਨਹੀਂ ਬੰਦਾ ਇਸ ਗੱਲ 'ਤੇ ਹਟਦਾ, ਨਹੀਂ ਆਉਂਦਾ, ਤਾਂ ਕਿਤੇ ਨਾ ਕਿਤੇ ਅੱਗੇ ਤੁਹਾਨੂੰ ਪਤਾ ਹੀ ਹੈ ਜੀ ਪਾਪ ਦਾ ਘੜਾ ਭਰ ਜਾਂਦਾ। ਸੋ ਅੱਜ ਜਿਹੜਾ ਇਹਨਾਂ ਨੇ ਕੀਤਾ ਤੇ ਮਾੜਾ ਕੀਤਾ, ਤੇ ਮੈਨੂੰ ਲੱਗਦਾ ਇਹਦੀ ਸਜ਼ਾ ਜਿਹੜੀ ਉਹਨੂੰ ਬਣਦੀ ਉਹ ਮਿਲੂਗੀ। ਸਰ ਜਿਵੇਂ ਤੁਸੀਂ ਵਰਕ ਕਰ ਰਹੇ ਹੋ ਇੱਥੇ ਹੀ ਕਰਦੇ ਰਹੋਗੇ? ਨਹੀਂ, ਇਹ ਮੇਰੀ ਡਿਊਟੀ ਹੈ ਜੀ। ਇਹ ਜਿਵੇਂ ਹਰ ਬੰਦਾ ਆਪਣੀ ਡਿਊਟੀ ਕਰਦਾ, ਜਿੰਨੀ ਦੇਰ ਮੈਨੂੰ ਸੰਗਤ ਨੇ ਡਿਊਟੀ ਦਿੱਤੀ ਹੈ, ਲੋਕਾਂ ਨੇ ਡਿਊਟੀ ਦਿੱਤੀ ਹੈ, ਤੇ ਮੈਂ ਕਿਸੇ ਨਾਲ ਮਾੜਾ ਨਹੀਂ ਕਰਨਾ ਚਾਹੁੰਦਾ, ਪਰ ਮੈਂ ਇਹ ਚਾਹੁੰਦਾ ਵੀ ਤੁਸੀਂ ਜਿਹੜਾ ਵੀ ਆਪਣੀ ਡਿਊਟੀ ਕਰਦਾ ਉਹ ਬਿਲਕੁਲ ਡਿਊਟੀ ਸਹੀ ਤਰੀਕੇ ਨਾਲ ਕਰੇ। ਮੈਂ ਰਿਸਪੈਕਟ ਕਰਦਾ ਹਰ ਬੰਦੇ ਦੀ ਜਿਹੜਾ ਵੀ ਆਪਣੀ ਡਿਊਟੀ ਸਹੀ ਤਰੀਕੇ ਨਾਲ ਕਰਦਾ। ਅਸੀਂ ਤਾਂ ਸਗੋਂ ਆਨਰ ਵੀ ਕਰਦੇ ਉਹਨਾਂ ਨੂੰ, ਤੇ ਇਸ ਕਰਕੇ ਜਿਵੇਂ ਹੁਣ ਵਰਕ ਕਰਦੇ ਆ, ਜਦੋਂ ਤੱਕ ਜਾਂਚ ਜਾਣਾ ਪਰਮਾਤਮਾ ਸੁੱਖ ਰੱਖੇ।